ਇਹ ਜੋ ਤਸਵੀਰਾਂ ਹੁਣ ਤੁਸੀਂ ਆਪਣੀ ਸਕਰੀਨ 'ਤੇ ਵੇਖ ਰਹੇ ਹੋ, ਇਹ ਕਿਸੇ ਖੇਤ ਵਿੱਚ ਕਣਕ ਨੂੰ ਅੱਗ ਨਹੀਂ ਲੱਗੀ, ਨਾ ਹੀ ਖੇਤਾਂ ਵਿੱਚ ਬਣੇ ਕਿਸੇ ਘਰ ਨੂੰ ਅੱਗ ਲੱਗੀ ਦੀ ਵੀਡੀਓ ਹੈ। ਇਹ ਵੀਡੀਓ ਹੈ ਭਾਰਤੀ ਹਵਾਈ ਫੌਜ ਦੇ ਫਾਈਟਰ ਜਹਾਜ਼ ਦੀ। ਜੀ ਹਾਂ, ਹੁਸ਼ਿਆਰਪੁਰ ਦੇ ਨੇੜੇ ਪੈਂਦੇ ਗੜਸ਼ੰਕਰ ਦੇ ਅਸਮਾਨ ਵਿੱਚ ਇੱਕ ਫਾਈਟਰ ਜਹਾਜ਼ ਨੂੰ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਉਹ ਜਹਾਜ਼ ਖੇਤਾਂ ਵਿੱਚ ਡਿੱਗ ਪਿਆ। ਗਣੀਮਤ ਇਹ ਰਹੀ ਕਿ ਇਹ ਜਹਾਜ਼ ਪਿੰਡ ਦੇ ਖੇਤਾਂ ਵਿੱਚ ਕ੍ਰੈਸ਼ ਹੋਇਆ ਹੈ। ਅਗਰ ਥੋੜ੍ਹੀ ਹੀ ਦੂਰ ਰਿਹਾਇਸ਼ੀ ਇਲਾਕਿਆਂ ਵਿੱਚ ਡਿੱਗਦਾ ਤਾਂ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋ ਜਾਂਦਾ। ਤੁਸੀਂ ਵੇਖ ਸਕਦੇ ਹੋ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਪਿੰਡ ਵਾਲੇ ਮੌਕੇ 'ਤੇ ਪਹੁੰਚ ਗਏ ਅਤੇ ਉਹਨਾਂ ਅੱਗ ਲੱਗੀ ਜਹਾਜ਼ ਨੂੰ ਪਾਣੀ ਦੀ ਮਦਦ ਨਾਲ ਅੱਗ ਨੂੰ ਬੁਝਾਇਆ ਜਾ ਰਿਹਾ ਹੈ। ਤੁਸੀਂ ਵੇਖ ਸਕਦੇ ਹੋ ਕਿ ਪ੍ਰਸ਼ਾਸਨਿਕ ਅਮਲਾ ਕਿਸ ਕਦਰ ਮੌਕੇ 'ਤੇ ਮੌਜੂਦ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਲੱਗਣ ਤੋਂ ਪਹਿਲਾਂ ਹੀ ਖਤਰੇ ਨੂੰ ਭਾਪਦਿਆਂ ਜਹਾਜ਼ ਦੇ ਪਾਇਲਟ ਵੱਲੋਂ ਜਹਾਜ਼ ਨੂੰ ਛੱਡ ਦਿੱਤਾ ਗਿਆ ਸੀ ਅਤੇ ਉਹ ਪੈਰਾਸ਼ੂਟ ਰਾਹੀਂ ਬਾਹਰ ਨਿਕਲ ਗਏ। ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਪਾਇਲਟ ਨੂੰ ਕਾਫੀ ਸੱਟਾਂ ਲੱਗੀਆਂ ਨੇ ਅਤੇ ਉਹਨਾਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ। ਉੱਧਰ ਏਅਰਫੋਰਸ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਨੇ ਅਤੇ ਉਹਨਾਂ ਵੱਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਘਟਨਾ ਕਿਵੇਂ ਵਾਪਰੀ, ਕਿ ਜਹਾਜ਼ ਵਿੱਚ ਕੋਈ ਤਕਨੀਕੀ ਨੁਕਸ ਪੈ ਗਿਆ ਸੀ ਜਾਂ ਕੋਈ ਪਾਇਲਟ ਦੀ ਗਲਤੀ ਸੀ। ਮੌਕੇ ਦਾ ਮੰਜ਼ਰ ਕਿਸ ਕਦਰ ਡਰਾਉਣਾ ਹੈ ਕਿ ਤੁਸੀਂ ਵੇਖ ਸਕਦੇ ਹੋ। ਇਹ ਫਾਈਟਰ ਜਹਾਜ਼ ਦਾ ਮਲਬਾ ਹੈ, ਤੁਸੀਂ ਵੇਖ ਸਕਦੇ ਹੋ ਕਿ ਅੱਗ ਲੱਗਣ ਕਰਕੇ ਇਸ ਦੀ ਕੀ ਹਾਲਤ ਬਣ ਗਈ ਹੈ। ਆਮ ਲੋਕਾਂ ਨੂੰ ਘਟਨਾ ਵਾਲੇ ਸਥਾਨ ਤੋਂ ਦੂਰ ਹੀ ਰੱਖਿਆ ਗਿਆ ਹੈ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰ ਸਕੇ। ਲੇਕਿਨ ਪਾਇਲਟ ਕੋ ਕਿਉਂਕਿ ਆਈਡੀਆ ਹੋ ਗਿਆ ਥਾ ਕਿ ਉਹ ਪਹਿਲੇ ਜੰਪ ਕਰ ਗਿਆ। ਸੇਫ ਐਂਡ ਸਾਊਂਡ ਮਿਗ 219 ਹੈ ਕਿ ਮਿਗ 19 ਮਿਗ 219 ਹੀ ਸਟੇਰਿੰਗ ਵੀਲ ਪਾਇਲਟ ਤੋਂ ਮੈਨੂੰ ਬਤਾ ਰਹੇ ਐਮ ਕੇ ਪਾਂਡੇ ਐਮ ਕੇ ਪਾਂਡੇ ਨਾਮ ਹੈ ਪਾਇਲਟ ਕਾ ਔਰ ਇਹ ਮਿਗ 219 ਉਹਨਾਂ ਨੇ ਇਸ ਕਾਰ ਮੈਨੂੰ ਨਾਮ ਬਤਾਇਆ ਜੋ ਇਹ ਇੰਜਨ ਕਾ ਪੇਨ ਹੈ ਔਰ ਉਹ ਕਹਿ ਰਹੇ ਥੇ ਕਿ ਕੋਈ ਪ੍ਰੋਬਲਮ ਆ ਗਈ ਥੀ ਇਸ ਲਈ ਉਹ ਪਹਿਲੇ ਜੰਪ ਕਰ ਰਹੇ ਹੈ। ਆਰਮੀ ਦਾ ਕੈਪਟਨ ਹੈਗਾ ਉਹ ਫਲੈਸ਼ ਹੋਇਆ। ਜੋ ਪ੍ਰੀਮੀਅਮ ਦੀ ਗੱਲ ਚੱਲ ਰਹੀ ਹੈ ਉਹ 'ਚ ਇਹ ਗੱਲ ਨਜ਼ਰ ਆਉਂਦੀ ਹੈ ਕਿ ਜਿਹੜਾ ਪਾਇਲਟ ਸੀਗਾ ਸ਼ਾਇਦ ਉਹਨੂੰ ਪਹਿਲਾਂ ਪਤਾ ਲੱਗ ਗਿਆ ਔਰ ਉਹਨੇ ਫਿਰ ਨੈਚੁਰਲੀ ਜੰਪ ਕਰ ਲਿਆ ਔਰ ਇਹ 'ਚ ਆ ਕੇ ਕ੍ਰੈਸ਼ ਕਰ ਗਿਆ। ਪਰ ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੈ, ਕਿਸੇ ਦਾ ਕੋਈ ਨੁਕਸਾਨ ਨਹੀਂ ਹੈ, ਅਸੀਂ ਸਾਈਡ 'ਤੇ ਹੀ ਹਾਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਜਿਹੜਾ ਹੈਗਾ ਉਹ ਫਾਇਰ ਟੈਂਡਰ ਲਾ ਕੇ ਉਹਦੀ ਆਗ ਬੁਝਾਈਏ। ਪਾਇਲਟ ਵੀ ਠੀਕ ਹੈਗਾ, ਬਾਕੀ ਡਿਊ ਕੋਰਸ ਆਫ ਟਾਈਮ ਤੁਹਾਨੂੰ ਬਾਕੀ ਕਰਕੇ